ਲਓ ਜੀ ਪੁਸ਼ਪਿੰਦਰ ਜੀ ਨੇ ਸ਼ਾਪਿੰਗ ਸ਼ੁਰੂ ਕਰਤੀ। ਦੇਖਦੇ ਹਾਂ ਕਹੀਂ ਦੀ ਘੜੀ ਲੈਂਦੇ ਨੇ। ਐਲੈਕਸ ਕੀ ਹੈ ਨਾ, ਐਲੈਕਸ ਮਾਡਲ ਨਾਮ ਹੈ। ਹਾਂ ਥੱਲੇ ਟੈਮਕਸ ਵੀ ਲਿਖਿਆ ਹੋਇਆ। ਕਿਹੜੀ ਵਧੀਆ ਲੱਗੀ? ਹਾਂ ਜਿਹੜੀ ਤੁਹਾਨੂੰ ਠੀਕ ਲੱਗਦੀ ਹੈ ਬਸ। ਮੈਨੂੰ ਵੀ ਆ ਬਰਾਊਨ ਜਿਹੀ ਵਧੀਆ ਲੱਗਦੀ ਹੈ। ਹਾਂ ਜਾਂ ਫਿਰ ਚੇਨ ਵਾਲੀ ਦੇਖ ਲਓ ਕਿ ਨਹੀਂ। ਲਓ ਜੀ ਘੜੀ ਲੈ ਕੇ ਆਪਾਂ ਨੇ ਹੱਥ 'ਤੇ ਲਾ ਲਈ, ਦਿਖਾਇਓ ਮਾੜੀ ਜੀ। ਹਾਂ ਬਈ ਠੀਕ ਹੈ। ਕਿੰਨੇ ਦੀ ਆ ਗਈ? ਅੱਛਾ ਆ ਲਓ ਜੀ ਲੋਹੜੀ ਵਾਸਤੇ ਸਾਰੇ ਵਧੀਆ ਦੁਕਾਨ ਲੱਗੀ ਹੋਈ ਹੈ। ਇੱਥੋਂ ਸਾਰੇ ਗੱਚਕ ਰਿਉੜੀਆਂ ਮੂੰਗਫਲੀ ਵਗੈਰਾ ਲੈ ਰਹੇ ਨੇ। ਅਤੇ ਵਿੱਚ ਲੋਹੜੀ ਸ਼ੋਪਿੰਗ ਹੈ। ਉੱਧਰ ਵੀ ਦੇਖੋ ਜਿਵੇਂ ਤਿੱਲਾਂ ਦੀ ਰੇਹੜੀ ਲੱਗੀ ਹੋਈ ਹੈ, ਤਿੱਲਾਂ ਭੁੰਨ ਰਹੇ ਨੇ ਉੱਧਰ ਅਲੱਗ ਤੋਂ। ਇੱਕ ਹੋਰ ਕਰ ਦਿਓ ਇਹ ਪੌਪਕੋਰਨ ਚਾਚੀ, ਇੱਕ ਹੋਰ ਪੌਪਕੋਰਨ ਕਰ ਦਿਓ 500 ਦੇ। ਪੌਪਕੋਰਨ ਇੱਕ ਹੋਰ ਦੇ ਦਿਓ ਬਸ। ਬੜਾ ਹੈ ਕਿਆ ਪੈਕਿੰਗ? ਚਲੋ ਦੁਕਾਨਾਂ 'ਤੇ ਫੁੱਲ ਰੌਣਕ ਲੱਗੀ ਹੋਈ ਹੈ। ਮੂੰਗਫਲੀ ਰਹੀ ਕਿਲੋ ਦਾ ਪੈਕਟ। ਚਾਚੀ 400 ਰੁਪਏ ਕੱਟ। ਸਾਡੇ ਪਟਿਆਲੇ ਇਲਾਕੇ 'ਚ ਤਾਂ ਲੋਹੜੀ ਜ਼ਿਆਦਾ ਮਨਾਈ ਜਾਂਦੀ ਹੈ, ਰਾਜਸਥਾਨ 'ਚ ਥੋੜ੍ਹੀ ਘੱਟ, ਪਰ ਫਿਰ ਵੀ ਸ਼ੋਪਿੰਗ ਲੋਕ ਲੋਹੜੀ ਦੀ ਪੂਰੀ ਕਰ ਰਹੇ ਨੇ, ਜਿਵੇਂ ਖਾਣ ਪੀਣ ਦਾ ਸਮਾਨ, ਗੱਚਕ, ਰਿਉੜੀਆਂ, ਮੂੰਗਫਲੀ ਅਤੇ ਖਿੱਲਾਂ ਆਪਾਂ ਇੱਧਰੋਂ ਗਰਮ ਗਰਮ ਪਵਾ ਰਹੇ ਹਾਂ। ਬਾਕੀ ਇਹ ਗਰਮ ਗਰਮ ਭੁੰਨ ਕੇ ਦੇ ਰਹੇ ਨੇ, ਦੇਖੋ ਅੱਗ ਬਲ ਰਹੀ ਹੈ ਵਿੱਚ। ਹਾਂ
ਲਓ ਜੀ ਹੁਣ ਆਪਾਂ ਨੇ ਗੱਡੀ ਸਟਾਰਟ ਕਰ ਲਈ ਅਤੇ ਚੱਲ ਪਏ ਆਪਾਂ ਨੇ ਲੋਹੜੀ ਦੀ ਸ਼ੋਪਿੰਗ 'ਚ ਪਹਿਲਾਂ ਘੜੀ ਲਈ ਹੈ ਪੁਸ਼ਪਿੰਦਰ ਜੀ ਨੇ ਬਾਕੀ ਅਸੀਂ ਗੱਚ ਕਰਿਓੜੀਆਂ ਮੂੰਗਫਲੀ ਤੁਹਾਨੂੰ ਦੱਸਿਆ ਵੀ ਪਟਿਆਲੇ ਵਿੱਚ ਲੋਹੜੀ ਜ਼ਿਆਦਾ ਮਨਾਈ ਜਾਂਦੀ ਹੈ ਰਾਜਪੁਰ 'ਚ ਘੱਟ ਪਰ ਦੁਕਾਨਾਂ 'ਤੇ ਉੱਨੀ ਉਹ ਭੀੜ ਹੈ ਇਹ ਖਾਣ ਪੀਣ ਦਾ ਸਮਾਨ ਹੈ ਲੋਹੜੀ ਦਾ ਬਾਕੀ ਆਪਾਂ ਪਿੰਨੀ ਆ ਗਜਰੇਲਾ ਸਾਰਾ ਕੁਛ ਘਰ ਬਣਾਇਆ ਹੈਲੋ ਜੀ ਮੈਂ ਲੋਹੜੀ ਬਣਾਉਂਦੀ ਲੋਹੜੀ ਦਾ ਸਮਾਨ ਲੈਂਦੀ ਲੈਂਦੀ ਜਾ ਰਹੀ ਸੀਗੀ ਤਾਂ ਆਪਣੀ ਫਰੈਂਡ ਸ਼ੀਤਲ ਕੋਲ ਰੁਕੀਆਂ ਇਹ ਦੱਸ ਰਹੇ ਨੇ ਮੈਂ ਤਾਂ ਲੋਹੜੀ ਦੀ ਸ਼ੋਪਿੰਗ ਕਰਦੀ ਇੱਥੇ ਤਾਂ ਬਹੁਤ ਆਪਣੇ ਰਾਜਪੁਰ 'ਚ ਘੱਟ ਉਹ ਕਰਦੇ ਨੇ ਬਹੁਤ ਘੱਟ ਹੈ ਪਟਿਆਲੇ ਤਾਂ ਬਹੁਤ ਜ਼ਿਆਦਾ ਮੈਂ ਔਰ ਸ਼ੀਤਲ ਦੋਨੋਂ ਪਟਿਆਲੇ ਤੋਂ ਹਾਂ ਸਾਡੇ ਪੇਕੇ ਸਹੁਰੇ ਰਾਜਪੁਰ 'ਚ ਨੇ ਦੋਹਾਂ ਦੇ ਪਰ ਹੁਣ ਲੋਹੜੀ ਬਾਰੇ ਥੋੜ੍ਹਾ ਜਿਹਾ ਤੁਹਾਨੂੰ ਦੱਸਣਗੇ ਦੱਸੋ ਜੀ ਹੁਣ ਮੈਨੂੰ ਮੈਂ ਤੁਹਾਨੂੰ ਦੱਸਿਆ ਵੀ ਆਪਣੇ ਤਾਂ ਘੱਟ ਮਨਾਈ ਜਾਂਦੀ ਹੈ ਪਟਿਆਲੇ 'ਚ ਜ਼ਿਆਦਾ ਮਨਾਈ ਪਟਿਆਲੇ ਤਾਂ ਬਹੁਤ ਜ਼ਿਆਦਾ ਕਰਦੇ ਹਾਂ ਅੱਜ ਤਾਂ ਬਸ ਥੋੜ੍ਹੀ ਬਹੁਤ ਅਸੀਂ ਅੱਛੀ ਲੈ ਲੈਂਦੇ ਹਾਂ ਦੀਦੀ ਉਹ ਲੈ ਲਓ ਲੈ ਲਓ ਉਹ ਰੱਖੇ ਹੋਏ ਨੇ ਤੁਸੀਂ ਇੱਥੇ ਥੋੜ੍ਹਾ ਬਹੁਤ ਕਰਕੇ ਉਹ ਉੱਥੇ ਤੁਸੀਂ ਕਰਮ ਭੱਜਣਾ ਅਤੇ ਜੇ ਹੁਣ ਕਿਸੇ ਦਾ ਮੁੰਡਾ ਹੁੰਦਾ ਹੈਗਾ ਫਿਰ ਤਾਂ ਪਾਰਟੀ ਪੂਰਟੀ ਕਰ ਦਿੰਦੇ ਹੈਗੇ ਨਹੀਂ ਤਾਂ ਮੇਰਾ ਵੀ ਬਸ ਥੋੜ੍ਹਾ ਬਹੁਤ ਹੀ ਹਾਂ ਜਿਵੇਂ ਨਾ ਆਪਣੇ ਜਦੋਂ ਸਾਡੇ ਤਾਂ ਇਲਾਕੇ ਜਦੋਂ ਕੋਈ ਵਿਆਹ ਹੁੰਦਾ ਜਾਂ ਮੁੰਡਾ ਹੁੰਦਾ ਸਪੈਸ਼ਲ ਫੰਕਸ਼ਨ ਰੱਖਿਆ ਜਾਂਦਾ ਲੋਹੜੀ 'ਤੇ ਪਰ ਇੱਧਰ ਥੋੜ੍ਹਾ ਜਿਹਾ ਘੱਟ ਪਰ ਘੱਟ ਵੀ ਨਹੀਂ ਅਸੀਂ ਤਾਂ ਇੰਜੋਏ ਕਰ ਰਹੇ ਹਾਂ ਜਿਵੇਂ ਖਾਣ ਪੀਣ ਦਾ ਸਮਾਨ ਆਪਾਂ ਨੇ ਮੁੱਲ ਲੈ ਲਿਆ ਅਤੇ ਬਾਕੀ ਪਿੰਨੀਆਂ ਗਜਰੇਲਾ ਵਗੈਰਾ ਸਾਰਾ ਕੁਛ ਘਰ ਤੋਂ ਬਣਾ ਲਿਆ ਅਤੇ ਬਾਕੀ ਮੈਂ ਜਦੋਂ ਸ਼ੋਪਿੰਗ ਕਰ ਰਹੀ ਸੀ ਤਾਂ ਮੈਨੂੰ ਸ਼ੀਤਲ ਮਿਲ ਗਈ ਮੈਂ ਕਿਹਾ ਚਲੋ ਆਪਣੀ ਫਰੈਂਡ ਨੂੰ ਮਿਲਦੀ ਹੈ ਨਾਲੇ ਪੁੱਛਦੀ ਹਾਂ ਵੀ ਆਪਣੇ ਪਟਿਆਲੇ ਅਤੇ ਰਾਜਪੁਰ ਦੀ ਲੋਹੜੀ ਦਾ ਕੀ ਫਰਕ ਹੈ ਬਹੁਤ ਜ਼ਿਆਦਾ ਫਰਕ ਹੈ ਹਾਂ ਬਹੁਤ ਜ਼ਿਆਦਾ ਫਰਕ ਹੈ ਇੱਧਰ ਜਿਹੜੀ ਕਿਸੇ ਨੂੰ ਕਰੇਜ਼ ਹੀ ਨਹੀਂ ਹੈ ਹਾਂ ਆਪਣੇ ਪਟਿਆਲੇ ਕਰੇਜ਼ ਹੁੰਦਾ ਲੋਹੜੀ ਦਾ ਸਾਰੇ ਤਿਉਹਾਰਾਂ ਦਾ ਜਿਵੇਂ ਆਪਣਾ ਦੀਵਾਲੀ ਮਨਾਈ ਜਾਂਦੀ ਹੈ ਨਾ ਲੋਹੜੀ ਉੱਥੇ ਉਹ ਵੀ ਮਨਾਈ ਉਹ ਵੀ ਮਨਾਈ ਜਾਂਦੀ ਜੇ ਆਪਾਂ ਉੱਥੇ ਹੁੰਦੇ ਫਿਰ ਤਾਂ ਉੱਥੇ ਮਨਾਉਂਦੇ ਮਨਾਉਂਦੇ ਆ ਜਾਓ ਅੰਦਰ ਆਓ ਆ ਜਾਓ ਇੱਕ ਮਿੰਟ ਵਾਸਤੇ ਆ ਜਾਂਦੇ ਚਲੋ ਫਿਰ ਆ ਜਾਓ ਜਦੋਂ ਬੱਚਿਆਂ ਨੂੰ ਡਾਂਟਣਾ ਹੁੰਦਾ ਡਾਂਟਦੇ ਵੀ ਨੇ ਅਤੇ ਪਿਆਰ ਵੀ ਬਹੁਤ ਕਰਦੇ ਨੇ ਬਹੁਤ ਸਲੀਕੇ ਨਾਲ ਪੜ੍ਹਾਉਂਦੇ ਨੇ ਤਾਂ ਕਰਕੇ ਸਾਡੇ ਬੱਚੇ ਇਹਨਾਂ 'ਤੇ ਭਰੋਸਾ ਹੈ ਮੇਰੇ ਫਰੈਂਡ ਨੂੰ ਕਰਕੇ ਆਪਣੇ ਬੱਚਿਆਂ ਨਾਲ ਵੀ ਤੁਹਾਨੂੰ ਲਾਉਂਦੇ ਬੱਚੇ ਮੁੰਡੇ ਥੋੜ੍ਹੇ ਪਾ ਕੇ ਰੱਖਣ ਕੁੜੀਆਂ ਠੀਕ ਆ ਫਿਰ ਹਾਂ ਹਾਂ ਠੀਕ ਆ ਚਲੋ ਜੀ ਮੈਂ ਤਾਂ ਫਿਰ ਚੱਲਦੀ ਹਾਂ ਕਿਉਂਕਿ ਬੱਚੇ ਡਿਸਟਰਬ ਹੋ ਰਹੇ ਨੇ ਮੈਂ ਤਾਂ ਸਿਰਫ ਇੰਨਾ ਕੀ ਦਿਖਾਉਣਾ ਸੀ ਕਿ ਬੱਚੇ ਆ ਹੀ ਨੇ ਮੈਂ ਇਹਨਾਂ ਨੂੰ ਹੈਂਡਲ ਕਰ ਲਈ ਆਪਣੀ ਟੀਚਿੰਗ ਪੜ੍ਹਾਉਂਗੇ ਪਰ ਜਦੋਂ ਪੇਰੈਂਟਸ ਕੋਲ ਹੁੰਦੇ ਨੇ ਤਾਂ ਬੱਚੇ ਪੜ੍ਹਦੇ ਵੀ ਨਹੀਂ ਕਿ ਡਰਦੇ ਵੀ ਨਹੀਂ ਹੈਗੇ ਉਹ ਥੋੜ੍ਹਾ ਜ਼ਿਆਦਾ ਮਸਤੀ ਕਰਨ ਲੱਗ ਜਾਂਦੇ ਨੇ ਠੀਕ ਹੈ ਜੀ ਫਿਰ ਤਕਰੀਬਨ ਬੱਚੇ ਤਾਂ ਫਰੈਂਡਸ ਹੁੰਦੇ ਨੇ ਜਿਹੜੇ
ਬੱਚਿਆਂ ਨੂੰ ਟਿਊਸ਼ਨ 'ਤੇ ਛੱਡਣ ਆਉਂਦੀ ਹਾਂ ਤਾਂ ਮੰਮਾ ਮੇਰੇ ਫਰੈਂਡਸ ਬਣ ਗਏ, ਤਾਂ ਕਰਕੇ ਸਰਕਲ ਦੇ ਵਿੱਚ ਟਿਊਸ਼ਨ ਦੇ ਤੌਰ 'ਤੇ ਕਾਫੀ ਫਰੈਂਡ ਸਰਕਲ ਹੋ ਗਿਆ ਇੱਥੇ, ਤਕਰੀਬਨ 10-12 ਫਰੈਂਡਸ। ਚਲੋ ਅਸੀਂ ਫਿਰ ਚੱਲਦੇ ਹਾਂ। ਹਾਂਜੀ ਚਲੋ ਜੀ, ਕਿੰਨਾ ਖਾਓ ਇਹ ਕੱਲ੍ਹ ਵਿੱਚ ਰੱਖੋ, ਪਲੇਟ 'ਚ ਖਾਏ ਸਾਰੇ। ਪ੍ਰਸ਼ਾਦ ਨਹੀਂ ਹੈ, ਪ੍ਰਸ਼ਾਦ ਨਹੀਂ ਬੇਟੇ, ਇਹ ਤਾਂ ਹੈਪੀ ਲੋਹੜੀ ਹੈ, ਫਿਰ ਪਲੇਟ ਲੈ ਕੇ ਆਉਣਾ ਉਹ 'ਚ ਖਾਓ, ਠੀਕ ਹੈ? ਲਓ ਜੀ ਅਤੇ ਪਲੇਟ 'ਚ ਲੈ ਲਓ, ਠੀਕ ਹੈ? ਲਓ ਜੀ ਲੈ ਗਿਆ ਤਾਂ ਨਾ ਨਾ ਹਰੇ ਖਾਣੀ। ਹਾਂਜੀ ਹਾਂ ਖਾਓ, ਮੇਰੇ ਡਿਸਟਰੀਬਿਊਟ ਨੂੰ ਦੇ ਦਿਓ ਬੱਚਿਆਂ ਨੂੰ, ਤਕਰੀਬਨ ਇਹ ਲੇਜ਼ ਖਾਂਦੇ ਨੇ, ਪੌਪਕੋਰਨ ਖਾਂਦੇ ਨੇ, ਰਿਓੜੀਆਂ ਗੱਚਕ ਤਾਂ ਮਿੱਠੀਆਂ ਕਰਕੇ ਇਹਨਾਂ ਦੀਆਂ ਪਤਾ ਨਹੀਂ ਖਾਣਗੇ ਕਿ ਨਹੀਂ, ਦੇਖੋ ਬਹੁਤ ਫਸ ਜਾਂਦੀਆਂ। ਚਲੋ ਜੀ ਫਿਰ।